ਵੀਰਾ ਵੇ ਵੀਰਾ ਤੇਰਾ ਸਤਰੰਗਾ ਚੀਰਾ, ਚੀਰੇ ਉੱਤੋਂ ਵਾਰ ਦਿਆਂ ਮੈਂ ਸੁੱਚੇ ਮੋਤੀ ਵੇ, ਤੇਰੇ ਕੋਲ ਜਾ ਪਹੁੰਚਾਂ ਖੜੀ ਖੜੋਤੀ ਵੇ। ਵੀਰਾ ਵੇ ਵੀਰਾ ਮੇਰਾ ਸਤਰੰਗਾ ਚੀਰਾ। ਜੀ ਮੈਨੂੰ ਥੋੜ੍ਹਾ ਟਾਈਮ ਪਹਿਲਾਂ ਹੀ ਪਤਾ ਲੱਗਾ, ਮੈਨੂੰ ਬੈਂਕ 'ਚੋਂ ਫੋਨ ਆਇਆ ਸੀ ਕਿ ਅਕਸ਼ੇ ਕੁਮਾਰ ਭਾਟੀਆ ਜੀ ਵੱਲੋਂ ਤੁਹਾਨੂੰ ਕੋਈ ਟ੍ਰਾਂਜੈਕਸ਼ਨ ਹੋਈ ਹੈ, ਅਤੇ ਮੈਨੂੰ ਤਾਂ ਯਕੀਨ ਹੀ ਨਹੀਂ ਹੋਇਆ ਕਿਉਂਕਿ ਮੇਰੇ ਤੇ ਚਿੱਤ ਚੇਤੇ ਵੀ ਨਹੀਂ ਸੀ। ਅਤੇ ਪਰ ਜਦੋਂ ਮੈਨੂੰ ਪਤਾ ਲੱਗਾ ਜੀ, ਮੈਂ ਅਜੇ ਤੱਕ ਵੀ ਮੈਂ ਥੋੜ੍ਹਾ ਜਿਹਾ, ਉਹ ਕਹਿੰਦੇ ਨਾ ਬੰਦਾ ਸੁਪਨੇ 'ਚ ਹੁੰਦਾ ਵੀ ਮੇਰੇ ਲਈ ਸੁਪਨਾ ਹੈ, ਪਰ ਮੈਂ ਬੜੀ ਧੰਨਵਾਦੀ ਹਾਂ ਜੀ, ਮੈਂ ਅਕਸ਼ੇ ਕੁਮਾਰ ਭਾਅ ਜੀ ਦੀ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਵੀਰ ਇੱਕ ਭਰਾ ਦਾ ਫਰਜ਼ ਉਹਨਾਂ ਨੇ ਨਿਭਾਇਆ, ਮੈਨੂੰ ਭੈਣ ਗਿਆ ਹੈ, ਆਪਣੀ ਛੋਟੀ ਭੈਣ ਗਿਆ ਹੈ, ਅਤੇ ਵੀਰ ਮੇਰੀ ਵੀ ਹੈ, ਵਾਅਦਾ ਹੈ ਤੁਹਾਡੇ ਨਾਲ ਕਿ ਮੈਂ ਤਾਂ ਉਮਰ ਇੱਕ ਭੈਣ ਦਾ ਰਿਸ਼ਤਾ ਤੁਹਾਡੇ ਨਾਲ ਨਿਭਾਵਾਂਗੀ। ਅਤੇ ਮੈਂ ਅਕਸ਼ੇ ਕੁਮਾਰ ਵੀਰ ਜੀ ਦੀ ਬਹੁਤ 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 ਧੰਨਵਾਦੀ ਹਾਂ, ਮੇਰੇ ਕੋਲ ਵਰਡਸ ਨਹੀਂ ਹੈਗੇ ਜੀ, ਵਰਡਸ ਖਤਮ ਹੋ ਗਏ। ਉਹਨਾਂ ਨੇ 25 ਲੱਖ ਦੀ ਮੈਨੂੰ ਇਮਦਾਦ ਭੇਜੀ ਹੈ ਜੀ, ਖੁਸ਼ੀ ਦੀ ਲਹਿਰ ਹੈ ਜੀ। ਓਬਵੀਅਸਲੀ ਜਿਹੜੇ ਬੱਚੇ ਮਾਯੂਸ ਹੋ ਕੇ ਬੈਠੇ ਸਨ ਕਿ ਮੰਮਾ ਅਬ ਕਿਆ ਹੋਗਾ, ਹਮ ਕਿਆ ਕਿਸ ਤਰ੍ਹਾਂ ਕਰਾਂਗੇ ਸਾਡਾ ਸਕੂਲ ਸਾਡੀ ਪੜ੍ਹਾਈ ਗਾ, ਅਤੇ ਪਰ ਉਹ ਖੁਸ਼ੀ ਦੀ ਲਹਿਰ ਹੈ ਜੀ। ਹਾਂ ਮੈਂ ਜਾਵਾਂਗੀ ਜੀ, ਜ਼ਰੂਰ ਕੋਸ਼ਿਸ਼ ਕਰਾਂਗੀ, ਮੈਂ ਆਪਣੇ ਵੀਰ ਦੇ ਕੁੜਤੇ ਬੰਨਾਂ ਰੱਖੜੀ। ਮੈਂ ਜੀ ਬਹੁਤ ਸਾਰੀਆਂ ਦੁਆਵਾਂ ਦੇ ਨਾਲ ਇਹ ਜਿਹੜਾ ਮੈਂ ਇਹ ਗਾਣਾ, ਇਹ ਵੀ ਰੱਖੜੀ ਦਾ ਹੀ ਗਾਣਾ ਹੈ ਕਿ ਗਾ ਕੇ ਸੁਣਾਵਾਂ। ਵੀਰਾ ਵੇ ਵੀਰਾ ਤੇਰਾ ਸਤਰੰਗਾ ਚੀਰਾ, ਚੀਰੇ ਉੱਤੋਂ ਵਾਰ ਦਿਆਂ ਮੈਂ ਸੁੱਚੇ ਮੋਤੀ ਵੇ, ਤੇਰੇ ਕੋਲ ਜਾ ਪਹੁੰਚਾਂ ਖੜੀ ਖੜੋਤੀ ਵੇ। ਵੀਰਾ ਵੇ ਵੀਰਾ ਮੇਰਾ ਸਤਰੰਗਾ ਚੀਰਾ। ਮੈਂ ਜੀ ਬਿਲਕੁਲ ਨਤਮਸਤਕ ਹੋ ਕੇ ਛੋਟੀ ਭੈਣ ਉਹਨਾਂ ਨੂੰ ਬਹੁਤ ਬਹੁਤ ਦੁਆਵਾਂ ਭੇਜਦੀ ਹੈ, ਬਹੁਤ ਬਹੁਤ ਧੰਨਵਾਦੀ ਹਾਂ ਜੀ ਮੈਂ ਅਕਸ਼ੇ ਕੁਮਾਰ ਭਾਅ ਜੀ ਦਾ ਕਿ ਭਾਅ ਜੀ ਇਸ ਤਰ੍ਹਾਂ ਹੀ ਤੁਸੀਂ ਵੱਧਦੇ ਫੁੱਲਦੇ ਰਹੋ, ਤੁਹਾਡਾ ਤਾਂ ਆਲਰੇਡੀ ਦੁਨੀਆ 'ਤੇ ਇੰਨਾ ਨਾਮ ਹੈ, ਤੁਹਾਡੀ ਦਿਆਨਤਦਾਰੀ ਬੜੀ ਮਸ਼ਹੂਰ ਹੈ, ਤੁਸੀਂ ਹਰ ਇੱਕ ਦੀ ਬਾਂਹ ਫੜਦੇ ਹੋ, ਅਤੇ ਅਸੀਂ ਪੜ੍ਹਦੇ ਹੁੰਦੇ ਸੀ ਅਤੇ ਅੱਜ ਇਹ ਮੇਰੇ ਨਾਲ ਹੋਇਆ, ਅਤੇ ਮੈਂ ਭਾਅ ਜੀ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੇ। ਅਕਸ਼ੇ ਭਾਅ ਜੀ ਨਹੀਂ ਜੀ, ਕਦੇ ਨਹੀਂ, ਕੋਈ ਰਾਬਤਾ ਨਹੀਂ ਹੈ ਕੋਈ ਮੇਰੇ ਨਾਲ। ਹਾਂਜੀ ਉਹ ਤਾਂ ਹਾਂਜੀ ਸਾਊਂਡ ਨੇ, ਹਾਂਜੀ ਹਾਂਜੀ ਆਉਣਾ ਤਾਂ ਚਾਹੀਦਾ ਸੀ ਸਰ, ਪਰ ਮੈਂ ਕਿਸੇ ਜੀ ਬਿਲਕੁਲ ਜੀ ਮੈਂ ਕਿਸੇ ਨੂੰ ਸਰ ਮੈਂ ਤਾਂ ਗੁਹਾਰ ਲਗਾ ਸਕਦੀ ਹਾਂ, ਮੈਂ ਗੱਲ ਕਰ ਸਕਦੀ ਹਾਂ, ਉਹਨਾਂ ਦਾ ਮੇਰੇ ਕੋਲ ਆਉਣਾ, ਮੈਂ ਕੰਮ ਹੀ ਮੰਗ ਰਹੀ ਹਾਂ ਜੀ, ਉਹਨਾਂ ਦਾ ਆਉਣਾ ਜਾਂ ਨਾ ਆਉਣਾ ਇਹ ਅੱਗੇ ਉਹਨਾਂ 'ਤੇ ਹੈ, ਬਿਜ਼ੀ ਬੰਦੇ ਨੇ ਜੀ, ਹੋ ਸਕਦਾ ਆਪਣੇ ਕੰਮਾਂ ਕਾਰਾਂ ਦੇ ਵਿੱਚ ਰੁੱਝੇ ਹੋਣ।